ਯਾਰ ਤੁਸੀਂ ਆ ਖਬਰ ਸੁਣੀ ਆ, ਕਹਿੰਦੇ ਪੰਜਾਬ ਦੇ ਹੈਲਥ ਮਿਨਿਸਟਰ ਦਾ ਇੱਕ ਬਿਆਨ ਆਇਆ, ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ। ਇਹਦੇ ਵਿੱਚ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਦੀ ਜਾਣਕਾਰੀ ਨੂੰ ਹੋਰ ਵਧਾਇਆ ਤੇ ਕਹਿੰਦੇ ਮੰਤਰੀ ਸਾਹਿਬ ਨੇ ਕਿਹਾ ਵੀ ਪੰਜਾਬ ਦੀ ਕੁੱਲ ਆਬਾਦੀ 3.1 crore ਤੇ ਇਹਦੇ ਚ 1.60 crore ਹੈਲਥ ਵਰਕਰ। ਜੇ ਹਿਸਾਬ ਬਿਲਕੁਲ ਸਹੀ ਹੈ ਫਿਰ ਇਹ ਹਿਸਾਬ ਨਾਲ ਕਾਕੇ ਚੌਂਕੀਦਾਰ ਦਾ ਦਿਮਾਗ ਕਹਿੰਦਾ ਵੀ 2 crore ਆਪਣੇ ਪੰਜਾਬ ਚ ਹਸਪਤਾਲ ਹੋਣੇ ਚਾਹੀਦੇ ਆ ਤੇ 5 crore ਆਪਣੇ ਪੰਜਾਬ ਦੇ ਵਿੱਚ ਵੈਂਟੀਲੇਟਰ ਵੀ ਹੋਣੇ ਚਾਹੀਦੇ ਆ। ਤੇ ਤਾਂ ਹੀ ਮੈਂ ਸੋਚਿਆ ਵੀ ਇਹ ਪੰਜਾਬ ਵਾਲਿਆਂ ਨੇ ਇੰਨੀ ਛੇਤੀ ਕਰੋਨੇ ਨੂੰ ਕੰਟਰੋਲ ਕਿਵੇਂ ਕਰ ਲਿਆ। ਹੈਲੋ, ਹਾਂਜੀ ਹਾਂਜੀ, ਕਾਕਾ ਚੌਂਕੀਦਾਰ ਬੋਲਦਾ ਜੀ, ਔਨ ਡਿਊਟੀ। ਹਾਂਜੀ ਹਾਂਜੀ ਸਰਪੰਚ ਸਾਹਿਬ, ਕੀ ਜਾਣਕਾਰੀ ਆ? ਹੈਂਜੀ, ਅੱਛਾ, ਪੀਐਮ ਕਿਸਾਨ ਯੋਜਨਾ ਦੇ ਵਿੱਚ ਕਿਸਾਨਾਂ ਨੂੰ ਹੋਰ ਪੈਸੇ ਮਿਲਣਗੇ ਨਵੇਂ ਬਜਟ ਦੇ ਵਿੱਚ ਆ ਕੇ? ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆਉਣਗੇ? ਅੱਛਾ ਜੀ, ਪਰ ਸਰਪੰਚ ਸਾਹਿਬ ਲੋਕਾਂ ਤੋਂ ਤਾਂ ਹਜੇ 15-15 lakh ਨੀ ਖਰਚ ਹੋਏ ਤੇ ਇਹ ਕਹਿੰਦੇ ਹੋਰ ਪੈਸੇ ਆਉਣਗੇ। ਤੇ ਨਾਲੇ ਸਰਪੰਚ ਸਾਹਿਬ ਆ 2-3 ਦਿਨ ਪਹਿਲਾਂ ਕਹਿੰਦੇ ਸੀ, ਕਹਿੰਦੇ ਯਾਰ 2-2 hazar rupees ਮੋਦੀ ਸਾਹਿਬ ਵਾਪਸ ਲੈਣਗੇ। ਹਾਂਜੀ ਹਾਂਜੀ, ਕਹਿੰਦੇ ਗਲਤ ਬੰਦਿਆਂ ਕੋਲ ਚਲੇ ਗਏ। ਅੱਛਾ ਅੱਛਾ ਅੱਛਾ, ਹਾਂਜੀ ਹਾਂਜੀ, ਚਲੋ ਫਿਰ ਵੀ ਤੁਸੀਂ ਖਿਆਲ ਰੱਖਿਓ ਜੀ ਮਾੜਾ ਜਾ। ਹਾਂ ਹਾਂ, ਕਿਉਂਕਿ 2-2 hazar ਦੇ ਨਾਲ ਨਾਲ ਕਿਤੇ ਇਨਕਮ ਟੈਕਸ ਵਾਲੇ ਵੀ ਨਾ ਆ ਜਾਣ, ਕਿਉਂਕਿ ਵਿਰੋਧੀ ਧਿਰ ਵਾਲੇ ਦੇਖ ਲੋ ਰੌਲਾ ਪਾ ਪਾ ਕੇ ਕਹਿੰਦੇ ਸੀ ਵੀ ਪੰਜਾਬ ਦੇ ਵਿੱਚ ED ਆ ਪੰਜਾਬ ਦਾ ਕਿਹਾ ਘੱਟ ਲੱਗਦਾ, ਦਿੱਲੀ ਦੇ ਕਹੇ ਤੇ ਜ਼ਿਆਦਾ ਚੱਲਦਾ।